खड़ो बेदी साहब ਤਬੜਾ ਜੀ ਹੈ ਨਦੀਪ ਵਾਲੀਆ ਜੀ ਹੈ ਇਹਨਾਂ ਨੇ ਆਪਣੇ ਫਾਦਰ ਦੇ ਯਾਦ ਦੇ ਵਿੱਚ ਐਚ ਕੇ ਅੱਲਾ ਵਾਲੇ ਯਾਦ ਦੇ ਵਿੱਚ ਕੱਲ੍ਹ ਇਹਨਾਂ ਨੇ ਤਕਰੀਬਨ ਸਾਨੂੰ ਇੱਕ ਕੈਂਸਰ ਪੇਸ਼ੈਂਟ ਨੂੰ ਰਾਸ਼ਨ 5-3 ਵੀਲਚੇਅਰਾਂ ਦਿੱਤੀਆਂ ਅਤੇ ਅਗਲੇ ਹਫ਼ਤੇ ਫਿਰ ਸਾਨੂੰ ਇਹ 6 ਵੀਲਚੇਅਰ 3 ਸਟਰੈਚਰ ਡੋਨੇਟ ਕਰ ਰਹੇ ਹਾਂ। ਮੈਂ ਰਿੱਖੀ ਸਾਹਿਬ ਦਾ ਜਿਹੜੇ MS ਰਿੰਦਰਾ ਹੋਸਪਿਟਲ ਦਾ ਥੈਂਕਸ ਕਰਦਾ, ਜਦੋਂ ਵੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਉਹ ਸਾਡੇ ਕੋਲ ਆ ਜਾਂਦੇ ਹਾਂ ਅਤੇ ਲੋਕਾਂ ਦੀ ਹੈਲਪ ਕਰ ਰਹੇ ਹਾਂ ਔਰ ਹੋਸਪਿਟਲ ਦੀ ਬਦਲਣ ਦੇ ਵਿੱਚ ਬੜਾ ਯੋਗਦਾਨ ਹੈ ਰਿੱਖੀ ਸਾਹਿਬ ਦਾ ਆਪਣਾ ਪਰਸਨਲ। ਮੈਂ ਹੀ ਰਿਕੁਐਸਟ ਕਰਦਾਂਗਾ ਡੋਨਰ ਨੂੰ ਵੀ ਸਾਨੂੰ ਲੋੜ ਹੈ, ਅਸੀਂ ਜਿਹੜੇ ਅੱਜ 3 ਵੀਲਚੇਅਰ 2 ਅਸੀਂ ਕੈਂਸਰ ਡਿਪਾਰਟਮੈਂਟ ਦਿੱਤੀਆਂ, ਇੱਕ ਐਮਰਜੈਂਸੀ ਦਿੱਤੀਆਂ, ਅਗਲੇ ਹਫ਼ਤੇ ਫਿਰ ਅਸੀਂ ਡੋਨੇਟ ਕਰ ਰਹੇ ਹਾਂ। ਪਲੱਸ ਸਾਡੀ ਕੋਸ਼ਿਸ਼ ਹੈ ਵੀ ਕਿਸੇ ਨੂੰ ਕੋਈ ਮੈਡੀਸਨ ਚਾਹੀਦੀ ਹੈ, ਕਿਸੇ ਨੂੰ ਕੋਈ ਹੈਲਪ ਚਾਹੀਦੀ ਆ, ਇਹ ਵਾਲੀਆ ਸਾਹਿਬ ਕੱਲ੍ਹ ਦੇ ਵੀ ਲੱਗੇ ਹਾਂ, ਹਰ ਵਾਰਡ ਦੇ ਵਿੱਚ ਜਾ ਕੇ ਪਰਸਨਲ ਮੈਡੀਸਨ ਪ੍ਰੋਵਾਈਡ ਕਰ ਰਹੇ ਹਾਂ। ਮੈਂ ਇਹਨਾਂ ਦਾ ਤਹਿਲ ਤੋਂ ਧੰਨਵਾਦ ਕਰਦਾ ਅਤੇ ਪਰਮਾਤਮਾ ਅੱਗੇ ਹੀ ਅਰਦਾਸ ਕਰਦਾ ਵੀ ਇਹਨਾਂ ਦੀ ਸਿਹਤ ਠੀਕ ਰਹੇ, ਲੋਕ ਸਾਨੂੰ ਇਸ ਤਰ੍ਹਾਂ ਹੀ ਦਾਨ ਦਿੰਦੇ ਰਹਿਣ ਅਤੇ ਅਸੀਂ ਨੂੰ ਕੰਟੀਨਿਊ ਲੋਕਾਂ ਦੀ ਹੈਲਪ ਕਰਦੇ ਰਹਾਂਗੇ। ਦੇਖੀ ਮੈਡੀਕਲ ਸੁਪਰਡੈਂਡੈਂਟ ਗੌਰਮੈਂਟ ਰਜਿੰਦਰਾ ਹੋਸਪਿਟਲ ਪਟਿਆਲਾ, ਜਨ ਹਿੱਤ ਸੰਮਤੀ ਪਟਿਆਲਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ, ਐਜ਼ ਐਡਮਿਨਿਸਟ੍ਰੇਟਰ ਵੀ ਅਤੇ ਬਾਕੀ ਹੋਸਪਿਟਲ ਸਟਾਫ ਵੱਲੋਂ ਵੀ, ਜਿਹੜੇ ਕਿ ਸਾਨੂੰ ਬਹੁਤ ਲੰਬੇ ਸਮੇਂ ਤੋਂ ਰਜਿੰਦਰਾ ਹਸਪਤਾਲ ਦੇ ਮਰੀਜ਼ਾਂ ਦੀ ਬਹੁਤ ਹੀ ਤਹਿ ਦਿਲ ਦੇ ਨਾਲ ਤਨੋ ਮਨੋ ਸੇਵਾ ਕਰਦੇ ਆ ਰਹੇ ਨੇ। ਬਹੁਤ ਸਾਰਾ ਸਮਾਨ ਇਹਨਾਂ ਨੇ ਕਰੋਨਾ ਵਿੱਚ ਵੀ ਸਾਨੂੰ ਦਿੱਤਾ, ਉਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਸਮਾਨ ਦੀ ਲੋੜ, ਜਿਸ ਤਰ੍ਹਾਂ ਕਿ ਦਵਾਈਆਂ, ਫਲੂਡ, ਵੀਲਚੇਅਰਾਂ, ਟਰਾਲੀਆਂ, ਜਦੋਂ ਵੀ ਲੋੜ ਪੈਂਦੀ ਹੈ ਜੀ ਸਾਨੂੰ ਦਿੰਦੇ ਰਹਿੰਦੇ ਨੇ। ਅੱਜ ਵੀ ਇਹਨਾਂ ਦੇ ਇਸੇ ਉਪਰਾਲੇ ਦੇ ਵਿੱਚ ਇਹਨਾਂ ਨੇ ਅੱਜ ਬਹੁਤ ਵੱਡਾ ਹੋਰ ਕਦਮ ਅੱਗੇ ਚੁੱਕਿਆ, 3 ਵੀਲਚੇਅਰਾਂ ਖਾਸ ਤੌਰ ਦੇ ਉੱਤੇ ਕੈਂਸਰ ਦੇ ਮਰੀਜ਼ਾਂ ਦੇ ਲਈ ਇਹਨਾਂ ਦੇ ਮਿਸਟਰ ਨਵਦੀਪ ਵਾਲੀਆ ਜੀ ਇਹਨਾਂ ਦੇ ਨਾਲ ਆਏ ਨੇ, ਇਹਨਾਂ ਦੇ ਥਰੂ ਇਹਨਾਂ ਨੇ ਡੋਨੇਟ ਕੀਤੀਆਂ ਨੇ ਜਨਮਸੀ ਦੇ ਜਨਿਤ ਸੰਮਤੀ ਦੇ ਥਰੂ। ਨਵਦੀਪ ਜਵਾਲੀਆ ਜੀ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਇਹਨਾਂ ਨੇ ਅੱਜ ਕੈਂਸਰ ਮਰੀਜ਼ਾਂ ਦੇ ਲਈ ਇਹ 3 ਵੀਲਚੇਅਰਾਂ ਦਿੱਤੀਆਂ ਨੇ। ਇਸ ਦੇ ਨਾਲ ਹੀ ਇਹਨਾਂ ਨੇ ਆਸ਼ਵਾਸਨ ਦਵਾਇਆ ਕਿ ਹੋਰ ਵੀ ਵੀਲਚੇਅਰਾਂ ਜਾਂ ਹੋਰ ਇਸ ਤੋਂ ਬਿਨਾਂ ਕੋਈ ਵੀ ਸਮਾਨ ਕੈਂਸਰ ਦੇ ਮਰੀਜ਼ਾਂ ਲਈ ਜਾਂ ਹੋਰ ਮਰੀਜ਼ਾਂ ਦੀ ਲੋੜ ਪਊਗੀ ਉਹ ਸਾਨੂੰ ਦਿੰਦੇ ਰਹਿਣਗੇ ਅਤੇ ਜਲਦੀ ਹੀ ਹੋਰ ਵੀਲਚੇਅਰਾਂ ਦਾ ਵੀ ਇਹਨਾਂ ਜਲਦੀ ਹੀ ਦੇ ਕੇ ਸਾਨੂੰ ਦੇ ਕੇ ਜਾ ਰਹੇ ਨੇ। ਬਹੁਤ ਬਹੁਤ ਧੰਨਵਾਦ ਹੈ ਜੀ ਜਨ ਸੰਮਤੀ ਦਾ। ਸ਼ਰਮਾ ਜੀ ਮੇਰੇ ਕੋਲ ਖੜ੍ਹੇ ਨੇ, ਨਵਦੀਪ ਵਾਲੀਆ ਜੀ, ਬੇਦੀ ਸਾਹਿਬ, ਸਾਡੇ ਛਾਬੜਾ ਜੀ, ਇਹ ਬਹੁਤ ਅੱਗੇ ਵੀ ਸੇਵਾ ਕਰ ਰਹੇ ਨੇ ਜੀ। ਅਤੇ ਹੁਣ ਅਸੀਂ ਸਾਡੀ ਰੈਨੋਵੇਸ਼ਨ ਚੱਲ ਰਹੀ ਹੈ ਰਿੰਦਰਾ ਹਸਪਤਾਲ ਦੀ, ਸੜਕਾਂ ਆਲਮੋਸਟ ਸਾਡੀਆਂ ਫਾਈਨਲ ਸਟੇਜ ਦੇ ਉੱਤੇ ਨੇ, ਪ੍ਰੀ ਮਿਕਸ ਪੈਣਾ। ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਕਿ ਜਿੰਨੀ ਵੀ ਲੈਂਡਸਕੇਪਿੰਗ ਹੈ ਉਸ ਦੇ ਵਿੱਚ ਵੀ ਯੋਗਦਾਨ ਪਾਉਣਗੇ ਅਤੇ ਜਲਦੀ ਹੀ ਮੇਰੇ ਖਿਆਲ 'ਚ ਅਗਲੇ ਹਫ਼ਤੇ ਸਾਡਾ ਕੰਪਲੀਟ ਹੋ ਜੂਗਾ ਸਾਰਾ ਕੰਮ, ਉਸ ਦੇ ਵਿੱਚ ਵੀ ਇਹਨਾਂ ਦਾ ਯੋਗਦਾਨ ਦੀ ਸਾਨੂੰ ਲੋੜ ਹੈ ਜੀ। ਥੈਂਕ ਯੂ ਵੈਰੀ ਮੱਚ। ਸਾਡੇ ਕੋਲ ਜੀ ਇੱਕ ਪੂਰਾ ਵਾਰਡ ਡੇਂਗੂ ਦੇ ਲਈ
जिसे 36 बैड ने एक्सटेंडेबल ने जी 36 बैड होर जित जा इस तो बिना जिस भी वार्ड के सानू लोड़ पैंदी है साडे कोले पूरा इंतजाम है जी। फ्री इलाज है, फ्री दवाइया ने, सारा कुछ गौरमेंट वालों फ्री है जी। साडियां पूरियां टीमां इस दे लई बनिया हुई ने, यह हर वक्त साडे कोले 24 घंटे जिहड़ियां ने टीमां तैयार रहिंदियां ने। फ्री इलाज साडे कोल चल रहा जी, डेंगू का जिन्ने मर्जी मरीज हैं साडे कोल इंतजाम है जी। लोगों नू मैं खास तौर पर डेंगू के लिए यह मैसेज देना चाहना कि देखो सरकार का साडा एडमिनिस्ट्रेशन का साडा सारा का जोर लग्या पिया तो खास तौर पर यह डेंगू जिहड़ा खास तौर एक तरह का खास तरह का मच्छर है वो तो हुंदा है, वो खड़े पानी च हुंदा जी। खड़ा पानी ना होण दो, जिथे भी कूलर के चोबिया च या घर के आले दुआले कितने भी पानी खड़ा है उसनू साफ करो, जां उस दे विच जे होर कुछ नहीं तो घट्टो घट काला आम काला तेल जां मोबिलाइल उहदे चार छिट्टे पा दो जी, उहदे ऑटोमैटिकली उसके जिहड़े लार्वा मर जाते हैं। पहली गल तां पानी ना खड़न दो, पर जिथे दा नहीं हो सकता तां उहदे उत्ते तेल छिड़के रखो।